शहर वासियों की सुरक्षा के लिए पिछले जिहड़े समय तो जिहड़े पुलिस वालों ने लगातार सर्च अभियान चलाए जा रहे ने। भीड़ भाड़ वाली थावां जिवें बस स्टैंड तुसीं देख सकते हो कि रेलवे स्टेशन जां होर मॉल जिहड़े ने उन्हां दे विच जिहड़ी आ लगातार चैकिंग की जा रही है। हर एक चीज़ नूं चंगी तरह खंगालिया जा रहा तां कि जिहड़ी शहर वासियों की जिहड़ी सुरक्षा आ उहनूं यकीनी बनाया जा सके। जिवें दे हालात अज दे चल रहे ने उस दे विच जरूरी भी मन्निया जा सकदा कि इह जरूरी है कि अजिहे जिहड़े सर्च अभियान ने लगातार चलण। ते पिछले समय दे विच होए सर्च अभियानां दे विच जिहड़े हैगे ने पुलिस नूं काफ़ी सफलता भी मिली है, जिस दे नाल शहर के अंदर जिहड़ियां चोरी डाके जां होर जिहड़ियां लुटखोह दीयां वारदातां वापर रहियां सीगियां उहनां दे विच बहुत ज़्यादा गिरावट आई है। तो साडे नाल ने जी थाणा सिटी दे SHO गुरमीत सिंह हुणी, इहनां दे नाल गल करके जाणदे आ कि सर जिहड़ा अज जिहड़ा सर्च अभियान चलाया गया इहदा मुख मंतव की सीगा जी। ਇਹ ਜੀ ਜਦੋਂ ਰੂਟੀਨ 'ਚ ਆਪਾਂ ਸਰਚ ਅਭਿਆਨ ਕਰਦੇ ਰਹਿੰਦੇ ਹਾਂ ਤਾਂ ਅੱਜ ਵੀ ਇਹ ਸਰਚ ਅਭਿਆਨ ਜਿੱਦਾਂ ਹੁਣ ਬੱਸ ਸਟੈਂਡ, ਹੋਟਲ, ਮੋਲਸ ਜਿੱਦਾਂ ਈਜ਼ੀ ਡੇ ਨੇ ਹੋ ਗਿਆ, ਵਿਸ਼ਾਲ ਮੈਗਾ ਮਾਰਟ ਹੋ ਗਿਆ ਅਤੇ ਹੋਟਲ ਦਾ ਜਿੰਨਾ ਇੰਟਰਨੈਸ਼ਨਲ ਹੋਟਲ ਹੋਇਆ। ਹੁਣ ਰੇਲਵੇ ਸਟੇਸ਼ਨ 'ਤੇ ਆਏ ਹਾਂ ਜੀ, ਜਿੰਨੇ ਪੈਸੰਜਰ ਨੇ ਕੋਈ ਉਹਨਾਂ ਦੇ ਬੈਗਸ ਨੇ ਚਾਹੇ ਲਗੇਜ ਨੇ ਉਹ ਚੈੱਕ ਕਰਕੇ ਵੀ ਕੋਈ ਸ਼ੱਕੀ ਵਸਤੂ ਨਾ ਹੋਏ। ਪਲੱਸ AST ਟੀਮਾਂ ਜਿੱਦਾਂ ਟਰੈਕ ਚੈੱਕ ਕਰ ਰਹੇ ਹਾਂ ਜੀ, ਬੱਸਾਂ ਦੇ ਵਿੱਚ ਬੱਸਾਂ ਨੂੰ ਚੈੱਕ ਕੀਤਾ ਜਾ ਰਿਹਾ AST ਟੀਮਾਂ ਵੱਲੋਂ ਅਤੇ ਉਹ ਸਾਰਾ ਸਰਚ ਅਭਿਆਨ ਉਹਦੇ ਅਕੋਰਡਿੰਗ ਚੱਲ ਰਿਹਾ ਜੀ। ਅੱਜ ਇੱਕ ਦੇਖਣ 'ਚ ਵੀ ਆਇਆ ਜੀ ਕਿ ਇੱਕ ਇਨਕਾਊਂਟਰ ਉਹ ਚੱਲ ਰਿਹਾ ਸੀਗਾ ਅੰਮ੍ਰਿਤਸਰ ਵਿੱਚ ਜਿਹਦੀ ਲਾਈਵ ਕਵਰੇਜ ਵੀ ਚੱਲ ਰਹੀ ਸੀਗੀ, ਇਹਦਾ ਕਿਤੇ ਉਧਰ ਨਾਲ ਜੋੜ ਕੇ ਦੇਖਿਆ ਜਾ ਸਕਦਾ? ਨਹੀਂ ਜੀ ਗੁਰਪ੍ਰਤਾਪ ਜੀ, ਤੁਹਾਨੂੰ ਪਤਾ ਹੀ ਆ ਵੀ ਪਹਿਲਾਂ ਵੀ ਆਪਾਂ ਹਰ ਹਫ਼ਤੇ ਇੱਕ ਵੀਕ ਹੋ ਗਿਆ ਸੀ ਸਰਚ ਅਭਿਆਨ ਆਪਣਾ ਕੀਤਾ ਨਹੀਂ ਸੀ, ਪਰ ਇਹ ਹੈ ਵੀ ਕਿਤੇ ਨਾ ਕਿਤੇ ਵੀ ਇਹਦੇ ਨਾਲ ਲੋਕਾਂ ਦੇ ਵਿੱਚ ਸੰਤੁਸ਼ਟੀ ਪੈਦਾ ਹੁੰਦੀ ਹੈ ਵੀ ਪੁਲਿਸ ਕਿਤੇ ਨਾ ਕਿਤੇ ਤਨਾਤ ਰਹਿੰਦੀ ਆ, ਚੌਂਕਾਂ ਦੇ ਵਿੱਚ ਤਨਾਤ ਆ, ਸਾਰੇ ਜਿੱਦਾਂ ਹੁਣ ਸਟੇਸ਼ਨ 'ਤੇ ਤਨਾਤ ਆ, GRP ਤਨਾਤ ਆ, ਫਿਰ SSG ਟੀਮਾਂ ਤਨਾਤ ਨੇ, ਅਤੇ ਉਹਦੇ ਨਾਲ ਵੀ ਲੋਕ ਆਪਣੇ ਆਪ ਨੂੰ ਬਿਲਕੁਲ ਸੰਤੁਸ਼ਟ ਸਮਝਦੇ ਨੇ ਜੀ। ਇਹ ਤਾਂ ਪਿਛਲੇ ਸਮੇਂ ਵਿੱਚ ਜਦੋਂ ਅਸੀਂ ਗੱਲ ਕੀਤੀ ਸੀਗੀ ਲੋਕਾਂ ਨਾਲ, ਉਹਨਾਂ ਨੇ ਦੱਸਿਆ ਸੀਗਾ ਕਿ ਇੱਕ ਜਿਹੜੀ ਸੰਤੁਸ਼ਟੀ ਹੈ, ਇੱਕ ਮਨ ਨੂੰ ਹੌਸਲਾ ਹੁੰਦਾ, ਇੱਕ ਜਿਹੜਾ ਯਕੀਨ ਹੈ ਉਹ ਵੱਧ ਰਿਹਾ ਆ ਪੁਲਿਸ ਦੇ ਲਗਾਤਾਰ ਚੈਕਿੰਗ ਅਭਿਆਨ ਦੇ ਨਾਲ, ਅਤੇ ਚੋਰੀਆਂ ਦੇ ਵਿੱਚ ਵੀ ਦੇਖਣ ਦੇ ਵਿੱਚ ਆਇਆ ਜੀ ਕਾਫੀ ਗਿਰਾਵਟ ਆਈ ਹੈ। ਅਤੇ ਫਿਰ ਇਹ ਪਿਛਲੇ ਇੱਕ ਜਿਹੜਾ ਜਿੱਦਾਂ ਕਿ ਤੁਸੀਂ ਦੱਸਿਆ ਥੋੜ੍ਹਾ ਸਮਾਂ ਹੋ ਗਿਆ ਸੀਗਾ, ਇਹਦੇ ਵਿੱਚ ਸਮਾਂ ਕਿਉਂ ਪਾਇਆ ਗਿਆ? ਇਹ ਜੀ ਇੱਕ ਤਾਂ ਜੀ ਮੈਂ ਛੁੱਟੀ 'ਤੇ ਸੀਗਾ ਜੀ, ਜਿਹੜੀ ਮੇਨ ਗੱਲ ਆ, ਅਤੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਹੋਰ ਵਰਕਿੰਗ ਕੰਮ ਸੀਗੇ ਕੋਰਟ ਕਾਰਡ ਦੇ, ਉਹਦੇ ਕਰਕੇ ਥੋੜ੍ਹਾ ਜਿਹਾ ਸਮਾਂ ਲੱਗਾ ਜੀ। ਇਹ ਸਾਂਝੀ SHO ਗੁਰਮੀਤ ਸਿੰਘ ਹੁਣੀ ਜਿਹਨਾਂ ਨੇ ਦੱਸਿਆ ਕਿ ਲਗਾਤਾਰ ਜਿਹੜੇ ਸਰਚ ਅਭਿਆਨ ਨੇ ਜਦੋਂ ਦੇ ਇੱਥੇ ਆਏ ਨੇ ਉਦੋਂ ਦੇ ਚਲਾਏ ਜਾ ਰਹੇ ਨੇ, ਅਤੇ ਲੋਕਾਂ ਦੇ ਵਿੱਚ ਇੱਕ ਅਸੰਤੁਸ਼ਟੀ ਆ, ਲੋਕਾਂ ਦੇ ਵਿੱਚ ਇੱਕ ਜਿਹੜਾ ਹੈਗਾ ਆ ਡਰ ਦਾ ਮਾਹੌਲ ਸੀਗਾ ਉਹ ਖਤਮ ਹੁੰਦਾ ਜਾ ਰਿਹਾ। ਜਿਹੜਾ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੀਗਾ ਕਿ ਚੋਰੀਆਂ ਸੀਗੀਆਂ ਜਾਂ ਲੁੱਟਾਂ ਖੋਹਾਂ ਸੀਗੀਆਂ ਜਿਹੜੀਆਂ ਲਗਾਤਾਰ, ਉਹਨਾਂ ਵਾਰਦਾਤਾਂ ਦੇ ਵਿੱਚ ਵੀ ਭਾਰੀ ਕਮੀ ਆਈ ਹੈ। ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਿੱਦਾਂ ਜਿਹੜਾ ਪੁਲਿਸ ਵੱਲੋਂ ਜਿਹੜਾ ਹੈਗਾ ਬੱਸ ਸਟੈਂਡ ਇਸ ਦੇ ਨਾਲ ਨਾਲ ਹੋਰ ਜਿਹੜੇ ਮਾਲ ਸੀਗੇ, ਭੀੜ ਭਾੜ ਵਾਲੇ ਏਰੀਆ ਸੀਗੇ, ਉਹਨਾਂ ਦੀ ਵੀ ਚੈਕਿੰਗ ਕੀਤੀ ਗਈ ਆ। ਆਓ ਹੋਰ ਤੁਹਾਨੂੰ ਦਿਖਾਉਂਦੇ ਆ ਜੀ ਨਾਲ ਦੇ ਨਾਲ ਕਿੱਥੇ ਕਿੱਥੇ ਚੈਕਿੰਗ ਹੋਈ ਹੈ। ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵੱਲੋਂ ਜਿਹੜੇ ਹੈਗੇ ਨੇ ਲੋਕਾਂ ਦੇ ਪੈਸੰਜਰਾਂ ਦੇ ਬੈਗ ਜਿਹੜੇ ਨੇ ਉਹ ਚੈੱਕ ਕੀਤੇ ਜਾ ਰਹੇ ਨੇ। ਲੇਡੀਜ਼ ਕਾਂਸਟੇਬਲ ਜਿਹੜੇ ਨੇ ਉਹ ਲੇਡੀਜ਼ ਦੇ ਬੈਗ ਚੈੱਕ ਕਰ ਰਹੇ ਆ, ਬਹੁਤ ਵਧੀਆ ਤਰੀਕੇ ਦੇ ਨਾਲ ਚੈੱਕ ਕਰ ਰਹੇ। ਜੈਸੇ ਜੇ ਚੈੱਕ ਕਰ ਰਹੇ ਆ, ਆਪ ਕੋ ਕੋਈ ਤਕਲੀਫ ਨਾ, ਕੋਈ ਤੰਗੀ ਆਈ ਹੈ? ਨਹੀਂ ਜੀ, ਨਿਵਾਵੀ ਨਹੀਂ, ਕੋਈ ਤੰਗੀ ਨਹੀਂ ਹੈ। ਅੱਛਾ ਲੱਗ ਰਿਹਾ ਹੈ ਜੀ ਜੀ, ਸੰਤੁਸ਼ਟੀ ਹੋ ਰਹੀ ਹੈ ਕਿ ਹਮਾਰੀ ਸੇਵਾ ਮੇ ਲਗੇ ਹੋਏ? ਜੀ ਜੀ ਜੀ, ਆਪਨੇ ਦੇਖਿਆ ਜੀ ਕਿ ਬਾਹਰ ਕੇ ਜੋ ਪੈਸੰਜਰ ਹੈ, ਜਿਹੜੇ ਬਾਹਰ ਦੇ ਪੈਸੰਜਰ ਨੇ, ਉਹ ਵੀ ਇਸ ਚੀਜ਼ ਤੋਂ ਖੁਸ਼ ਨੇ ਕਿ ਸਾਡੀ ਹੀ ਚੈਕਿੰਗ ਭਾਵੇਂ ਹੋ ਰਹੀ ਆ, ਪਰ ਸਾਡੇ ਲਈ ਜਿਹੜਾ ਖਤਰਾ ਆ ਉਹਨੂੰ ਕਿਤੇ ਨਾ ਕਿਤੇ ਜਿਹੜਾ ਪੁਲਿਸ ਵੱਲੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਅਤੇ ਤੁਸੀਂ ਦੇਖ ਰਹੇ ਹੋ ਨਾਲ ਦੀ ਨਾਲ ਤਸਵੀਰਾਂ ਕਿ ਕਿਵੇਂ ਜਿਹੜੇ ਵੱਖ-ਵੱਖ ਭੀੜ ਭਾੜ ਵਾਲੀਆਂ ਥਾਵਾਂ ਸੀਗੀਆਂ ਉਹਨਾਂ ਦੇ ਉੱਪਰ ਪੁਲਿਸ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਆ। ਕੈਮਰਾਮੈਨ ਵਿਸ਼ਾਲ ਬੁੰਨਾ ਦੇ ਨਾਲ ਮੈਂ ਗੁਰਪ੍ਰਤਾਪ ਸਿੰਘ, ਅਜੀਤ ਵੈਬ TV, ਗੁਰਦਾਸਪੁਰ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।